ਤਾਂ ਜੀ ਕਢਾਉਣ ਸੀ ਇੰਟਰਵਿਊ। ਜਿਵੇਂ ਡੈਮ ਦੇ ਗੇਟ ਖੋਲਤੇ ਹੋਣੇ ਉਹਨਾਂ ਡੈਮ ਚੋਂ ਪਾਣੀ ਡਿੱਗ ਰਿਹਾ ਹੋਵੇ, ਐਂ ਲੱਗ ਰਿਹਾ। ਕਿੰਨਾ ਸੋਹਣਾ ਵਿਊ ਹੈ ਬਈ। ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਘੁੰਮਣ ਜਾ ਰਹੇ ਹਾਂ ਵੀ ਇੱਥੋਂ ਦੀ ਮਸ਼ਹੂਰ ਲੇਕ, ਰਾਤ ਰੁਕੂੰਗਾ ਮੈਂ ਉੱਥੇ। ਬ੍ਰੇਕਫਾਸਟ ਕਰਦੇ ਹਾਂ, ਇਹਨਾਂ ਦਾ ਕਿਚਨ ਹੈ ਵੀ ਸਾਰਾ, ਵੀ ਅੰਡੇ ਖੀਰੇ ਨਾਲ ਚਾਹ, ਅੱਜ ਕੌਫੀ ਹੈ ਨਹੀਂ ਕੱਲ੍ਹ ਕੌਫੀ ਵੀ। ਸਭ ਤੋਂ ਪਹਿਲਾਂ ਮੈਂ ਆਪਦਾ ਸਮਾਨ ਵੀ ਸ਼ੋਹਿਨ ਦੇ ਘਰੇ ਰੱਖਣਾ, ਚੈੱਕ ਆਊਟ ਕਰਤਾ। ਮੀਂਹ ਬਹੁਤ ਪਈ ਜਾ ਰਿਹਾ ਵੀ, ਰਾਤ ਦਾ ਦੇਖੋ ਪੂਰਾ ਮੀਂਹ ਹੈ, ਬਹੁਤ ਜ਼ਿਆਦਾ ਮੀਂਹ ਆ ਰਿਹਾ, ਸਾਰੇ ਰੋਡ ਦੇਖੋ। ਇਹਨੇ ਤਾਂ ਜੈਕਟ ਹੱਥ 'ਚ ਚੱਕ ਲਈ, ਚੱਲ ਆ ਬ੍ਰਿਜ ਦੇਖ, ਬਹੁਤ ਜ਼ਿਆਦਾ ਸੋਹਣਾ ਦੋਨੇ ਪਾਸੇ। ਹੁਣ ਅਸੀਂ ਯਾਰ ਮੀਟਿੰਗ ਵਾਲੇ ਪੁਆਇੰਟ ਤੇ ਜਾ ਰਹੇ ਹਾਂ। ਟੈਕਸੀ ਜਿਹਨਾਂ ਕੋਲ ਐਪ ਹੁੰਦੀ ਹੈ ਵੀ ਉਹ ਕਿਲੋਮੀਟਰ ਦੇ ਹਿਸਾਬ ਨਾਲ ਕੈਲਕੂਲੇਟ ਕਰਦੀ ਹੈ ਪੈਸੇ, ਲਾਈਵ ਲੋਕੇਸ਼ਨ ਨਾਲ ਚੱਲਦੀ ਹੈ। ਪੈਸੇ ਕਢਾ ਲਈਏ, ਮੁੱਕ ਗਏ ਕੱਢਦੇ ਕੱਢਦੇ। ਲਓ ਬਈ 1200 ਸਮਾਨ ਨਹੀਂ ਕਢਾਇਆ, 9-10 ਹਜ਼ਾਰ। ਇਹ ਆਲਿਫ ਬੈਂਕ ਹੈ ਵੀ, ਉਰੇ ਐਸ ਖਾਤਾ ਅਤੇ ਆਲਿਫ ਬੈਂਕ, ਦੋ ਘੰਟ ਬੈਂਕ ਨੇ। ਪੈਸੇ ਕਢਾ ਲਏ ਯਾਰ, ਹੁਣ ਸਮਾਨ ਲੈ ਰਹੀਏ ਖਾਣ ਪੀਣ ਨੂੰ ਨਾ, ਸੁਪਰ ਮਾਰਕੀਟ 'ਚੋਂ ਰਾਤ ਤਾਂ ਲਿਆ ਨਹੀਂ ਗਾ। ਪਿਸਤਾ ਲੈ ਲਿਆ, ਚੀਜ਼ ਲੈ ਲਿਆ, ਆਹ ਟੁੱਕ ਬਿਸਕਟ ਬੜੇ ਘੈਂਟ ਦੇ ਖਾਣੀਆਂ ਨਾਲ, ਚਿਪਸ ਵੀ ਚੱਕ ਲਈਏ ਯਾਰ, 800 ਰੁਪਏ ਦਾ ਲੈ ਲਿਆ ਖਾਣ ਪੀਣ ਨੂੰ। ਇਹ ਮਸ਼ੂਕ ਦਾ ਹੈ, ਇਹ 'ਚ ਜਾਵਾਂਗੇ ਆਹ ਮੇਰੇ ਟੂਰ ਹੋਰ ਦੀ। This is one of the first new building in Dushanbe. Russian architecture. Russian architecture. It's like Russian architecture. It's new buildings in Dushanbe. It's like a Chinese architecture. Chinese. So now Tajikistan between Russian and China. ਸਮਾਨ ਸਮੂਨ ਖਰੀਦ ਕੇ ਵੀ ਹੁਣ ਆਪਾਂ ਚੱਲ ਪਏ। ਤਾਂ ਆਹ ਸ਼ੋਹਿਨ ਦਾ ਮਿੱਤਰ ਹੈ ਵੀ, ਟੂਰ ਗਾਈਡ, ਆਪਾਂ ਨੂੰ ਕਾਫੀ ਡਿਸਕਾਊਂਟ ਮਿਲ ਗਿਆ, ਕਾਫੀ ਖਾਣਾ ਪੀਣਾ ਚੱਕ ਲਿਆ। ਹੁਣ ਮੈਨੂੰ ਪਤਾ ਲੱਗਿਆ ਯਾਰ, ਮੈਨੂੰ ਰਸ਼ੀਆ 'ਚ ਪੁਲਿਸ ਵਾਲੇ ਰੋਕਦੇ ਕਿਉਂ ਸੀ, ਕਿਉਂਕਿ ਜਿਹੜਾ ਮੇਰਾ ਬੈਗ ਹੈ ਨਾ, ਤੇ ਮੇਰਾ ਫੋਟੋ, ਮੇਰਾ ਬੈਗ ਹੈ ਵੀ ਯੈਲੋ, ਤਾਂ ਜਿਹੜਾ ਯੂਕਰੇਨ ਦਾ ਝੰਡਾ ਵੀ ਯੈਲੋ ਹੈ, ਇਹ ਇੱਕ ਵੱਡਾ ਪ੍ਰੋਬਲਮ ਸੀ। ਜੀਮੀ ਜੀਮੀ ਆ ਜਾ ਆ ਜਾ, ਕਿਵੇਂ ਹੋ? ਠੀਕੋ ਠੀਕੋ ਠੀਕੋ। ਪੰਜਾਬ ਕਿਸੇ ਹੈ? ਪੰਜਾਬ ਸਭ ਅੱਛਾ ਹੈ। ਆਪ ਆਏ ਹੋ ਪੰਜਾਬ ਕਭੀ? ਨਹੀਂ 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 ਨਹੀਂ, ਬਟ ਆਈ ਵੁਡ ਲਵ ਟੂ ਕਮ ਟੂ ਇੰਡੀਆ। ਪੰਜਾਬ ਮੋਸਟ ਵੈਲਕਮ, ਕਭੀ ਆਨਾ, ਮੈਂ ਆਪਕੋ ਪੰਜਾਬ ਘੁਮਾਊਂਗਾ, ਪੱਕਾ ਪੱਕਾ ਪੱਕਾ, ਪ੍ਰੋਮਿਸ। ਥੈਂਕ ਯੂ। ਇਹ ਭਾਈ ਸਾਹਿਬ ਉਹ ਅਫਗਾਨਿਸਤਾਨ ਤੋਂ ਹੈ, ਤਾਂ ਉਹਰੇ ਬਹੁਤ ਲੋਕਾਂ ਨੂੰ ਆਉਂਦੀ ਹੈ ਯਾਰ ਹਿੰਦੀ ਭਾਸ਼ਾ। ਮੀਂਹ ਹੁਣ ਹਟ ਗਿਆ ਵੀ, ਹੋਪ ਸੋ ਮੀਂਹ ਨਾ ਪਵੇ ਬਸ ਹੁਣ। ਮੀਂਹ ਬਹੁਤ ਜ਼ਿਆਦਾ ਆ ਗਿਆ ਯਾਰ ਸ਼ੀਸ਼ਿਆਂ ਦੇ, ਦੇਖੋ ਦੇਖੋ। Wow.
12 ਵਜ ਗਏ ਆਪਾਂ ਲਗਭਗ 70 ਕਿਲੋਮੀਟਰ ਆ ਗਏ ਬਈ। ਤਾਂ ਜਿਹੜੀ ਇਹ ਲੇਕ ਹੈ ਵੀ ਇਹ 5 ਘੰਟੇ ਵਾਲੀ ਸਾਈਡ ਹੈ, ਪਰ ਅੱਧੇ ਰਾਹ 'ਚ ਦੂਜੀ ਸਾਈਡ ਰਾਹ ਮੁੜ ਜਾਂਦਾ। ਅੱਜ ਦੇਖੋ ਵੀ ਕਿਵੇਂ ਬੱਦਲ ਉੱਡ ਰਿਹਾ ਪਹਾੜਾਂ 'ਚ, ਕਿੰਨਾ ਆਨੰਦ ਹੈ ਯਾਰ। ਆਹ ਸਪੀਕਰ ਚੱਕੀ ਫਿਰਦੇ ਆ ਦੇਖੋ ਸਾਰੇ। ਹੈਲੋ, ਫੋਟੋ ਫੋਟੋ ਖਿਚਾ ਰਿਹਾ ਹੋਰ ਇੰਜੋਏ। ਦੇਖੋ ਨੱਚ ਰਿਹਾ ਪੂਰੇ ਬਈ ਸਾਰੇ। ਇਹ ਹੈ ਜ਼ਿੰਦਗੀ। ਲਾਈਕ ਕਿਆ ਜ਼ਬਰਦਸਤ ਵਿਊ ਹੈ ਪਿੱਛੇ ਪਹਾੜਾਂ ਦਾ। ਮਤਲਬ ਪਹਾੜਾਂ ਚ ਬੱਦਲ ਜਾਦੂ ਨੇ ਜਿਵੇਂ ਉੱਡ ਰਿਹਾ ਨਾ, ਦੇਖੋ ਉੱਡ ਰਿਹਾ ਪੂਰੇ। ਸ਼ੋਹੇ ਨੀ ਕਰਦੇ ਦੇਖੋ ਸ਼ੋਹੇ। ਇਹ ਤਾਜੀ ਕਢਾਣ ਸੀ ਇੰਟਰੀ ਜਿਹੜੀ ਬਰਫ ਬਾਈ ਹੇਠਾਂ ਹੈ ਉਹ ਕਦੇ ਨਹੀਂ ਪਿਘਲਦੀ, ਉਹਨੂੰ 1000 ਸਾਲ ਹੋ ਗਏ, ਅਤੇ ਬਾਕੀ ਉੱਪਰਲੀ ਸਾਰੀ ਪਿਘਲ ਜਾਂਦੀ ਹੈ। ਇਹ ਡੂੰਘੀ ਜਾਣਕਾਰੀ ਸ਼ੋਇਨ ਨੇ ਦਿੱਤੀ ਸਾਨੂੰ। ਯੂ ਹੈਵ ਵੈਰੀ ਗੁੱਡ ਨੌਲੇਜ। ਆਈ ਲਵ ਮਾਈ ਕੰਟਰੀ, ਵਿਜ਼ਿਟ ਤਾਜਿਕਿਸਤਾਨ। ਯੈਸ, ਬਟ ਇਜ਼ ਦੀ ਨੇਮ ਆਫ ਦਿਸ ਮਾਊਂਟੇਨ? ਆਈ ਡੋਨਟ ਨੋ ਹਾਊ ਇਟਸ ਕਾਲਡ, ਮੇਬੀ ਦਿਸ ਮਾਊਂਟੇਨ ਹੈਵ ਅ ਨੇਮ, ਬਟ ਦਿਸ ਇਜ਼ ਅਨਜ਼ੋਬ. Anzob. This territory, not this mountain, yeah, this territory, Anzob. Anzob. Yeah. drone khoya gaya si, inna da masa labbe. Wait. Edi zindagi bachali, inne nava drone khareede. He's a hero. Khaan wala samaan bahut hai. Я мне когда ли я так и сделал? ਸਿਕੰਦਰਕੂਲ ਆਪਾਂ ਪਹੁੰਚ ਹੀ ਗਏ ਵੀ। ਇੱਥੋਂ ਪੂਰੇ ਪਹਾੜਾਂ ਦਾ ਵਿਊ ਦੇਖੋ ਯਾਰ, ਮੌਸਮ ਪੂਰਾ ਸਾਫ਼ ਹੈ, ਕੋਈ ਮੀਂਹ ਮੂੰਹ ਨਹੀਂ। ਦੇਖੋ ਆਹ ਨਦੀ, ਛੋਟੀ ਜਿਹੀ ਨਦੀ ਨਿਕਲ ਰਹੀ ਹੈ, ਲੇਕ 'ਚੋਂ ਨਿਕਲ ਰਹੀ, ਸਾਰੀ ਸਿਕੰਦਰਕੂਲ ਹੈ ਬਈ। ਕਿੰਨਾ ਜ਼ਿਆਦਾ ਸੋਹਣਾ ਵਿਊ ਹੈ ਯਾਰ ਉੱਪਰ ਦੇਖੋ। ਇਹ ਪਹਾੜਾਂ ਦਾ ਨਾਮ ਹੈ ਫਨ ਮਾਊਂਟੇਨ। ਵਾਓ, ਵੈਰੀ ਬਿਊਟੀਫੁਲ। ਉਹ TC ਦੇ ਦੇਖੋ ਬੱਦਲ ਕਿਵੇਂ ਉੱਡ ਰਿਹਾ ਯਾਰ। ਕਿਆ ਹਾਲ ਹੈ ਬਾਜੋ, ਸਭ ਕੁਛ ਠੀਕ ਹੈ? ਬਿਲਕੁਲ ਅੱਛਾ ਹੈ ਬਾਈ। ਇਹ ਬਾਈ ਆਪਣੇ ਡਰਾਈਵਰ ਸਾਹਿਬ ਨੇ, ਇਹਨੂੰ ਵੀ ਉਰਦੂ ਆਤੀ ਆਪਕੋ? ਉਰਦੂ ਥੋੜਾ ਥੋੜਾ। ਕਹਾਂ ਸੇ ਹੋ ਆਪ?
ਖਾਨ ਸੇ ਕਿਆ ਮਤਲਬ ਹੈ ਕਹਾਂ ਰਹਿਤੇ ਹੋ ਦੁਸ਼ੰਬੇ ਰਹਿਤੇ ਹੋ ਕਹਾਂ ਦੁਸ਼ੰਬੇ ਦੁਸ਼ੰਬੇ ਰਾਤ ਨੂੰ ਮਹਿਫਲ ਲਾਣੀ ਹੈ ਦੇਖੋ ਪੂਰਾ ਇਹ ਵਜਾਊਗਾ ਗਾਣੇ ਵਜਾਉਣੇ ਇਹ ਦੇਸ਼ਾਂ ਦੇ ਵੀ ਰਸ਼ੀਆ ਦਾ ਕਾਫੀ ਪ੍ਰਭਾਵ ਸੀ ਤਾਂ ਉਰੇ ਸਾਰੇ ਪੀਂਦੇ ਯਾਰ ਥੋੜ੍ਹੇ ਮੁਸਲਿਮ ਨੇ ਜਿਹੜੇ ਪੀਂਦੇ ਪੂੰਦੇ ਨਹੀਂ ਹੈਗੇ ਨੋ ਆਈ ਡੋਂਟ ਨੋ ਬਹੁਤ ਹੀ ਜ਼ਿਆਦਾ ਸੋਹਣੀ ਲੇਕ ਹੈ ਵੀ ਅਤੇ ਬਹੁਤ ਹੀ ਜ਼ਿਆਦਾ ਉਰੇ ਸਕੂਨ ਹੈ ਦੇਖੋ ਮੁਹੱਬਤ ਕੀ ਹੁੰਦਾ ਪਿਆਰ ਹੁੰਦਾ ਨਾ ਉਰੇ ਵੀ ਮੁਹੱਬਤ ਦਾ ਸੇਮ ਹੀ ਮਤਲਬ ਮੁਹੱਬਤ ਆਪਸੇ ਮੁਹੱਬਤ ਹੈ ਸਥਾਨ ਲੈ ਕੇ ਜਿਵੇਂ ਆਪਾਂ ਕਹਿੰਦੇ ਹਾਂ ਸਥਾਨ ਹੈ ਨਾ ਧਾਰਮਿਕ ਸਥਾਨ ਵੀ ਕੋਈ ਜਗ੍ਹਾ ਤਾਂ ਉਰੇ ਵੀ ਸੇਮ ਹੀ ਹੁੰਦਾ ਸਥਾਨ ਦਾ ਮਤਲਬ ਸਥਾਨ ਹੀ ਹੁੰਦਾ ਹਿੰਦੁਸਤਾਨ ਪਾਕਿਸਤਾਨ ਵੀ ਤਾਜਿਕਿਸਤਾਨ ਮਤਲਬ ਜਿੱਥੇ ਤਾਜਿਕ ਲੋਕ ਰਹਿੰਦੇ ਆ ਐਵੇਂ ਸਾਰੇ ਦੇਸ਼ਾਂ ਦੇ ਨਾਮ ਬਣੇ ਜਿਵੇਂ ਹਿੰਦੁਸਤਾਨ ਜਿੱਥੇ ਜ਼ਿਆਦਾ ਹਿੰਦੂ ਲੋਕ ਰਹਿੰਦੇ ਆ ਅਤੇ ਉਹ ਤੋਂ ਬਾਅਦ ਉਜ਼ਬੇਕਿਸਤਾਨ ਜਿੱਥੇ ਜ਼ਿਆਦਾ ਉਜ਼ਬੇਕ ਲੋਕ ਰਹਿੰਦੇ ਆ ਤਾਂ ਹੀ ਬਸ ਹੈ ਨਾ ਇਹ ਲੇਕ ਦਾ ਨਾਮ ਹੈ ਵੀ ਸਿਕੰਦਰ ਕੂਲ ਕਿਉਂਕਿ ਮਹਾਨ ਸ਼ਾਸਕ ਵੀ ਸਿਕੰਦਰ ਉਰੇ 2 ਮਹੀਨੇ ਰੁਕਿਆ ਸੀ ਅਤੇ ਪਰਸ਼ੀਅਨ ਭਾਸ਼ਾ 'ਚ ਕੂਲ ਦਾ ਮਤਲਬ ਹੁੰਦਾ ਲੇਕ ਤਾਂ ਬਹੁਤ ਜ਼ਿਆਦਾ ਸੋਹਣੀ ਲੇਕ ਹੈ ਇਹਦੇ ਵਿੱਚ ਪਾਣੀ ਐਂਟਰ ਹੋ ਰਿਹਾ ਵੀ ਹਾਈ ਐਲਟੀਟਿਊਡ ਵਾਲੇ ਪਹਾੜਾਂ ਤੋਂ ਆ ਕੇ ਉਹ ਕਾਗ ਵੀ ਨੇ ਦੇਖੋ ਬਹੁਤ ਜ਼ਿਆਦਾ ਸਕੂਨ ਹੈ ਯਾਰ ਉਰੇ ਬਹੁਤ ਹੀ ਜ਼ਿਆਦਾ ਖਾਣਾ ਲੰਚ ਕਰਦੇ ਹਾਂ ਯਾਰ ਭੁੱਖ ਕਾਫੀ ਲੱਗੀ ਹੈ ਆ ਰੈਸਟੋਰੈਂਟ ਜਿਹੇ ਆ ਦੇ ਸਾਰਾ ਰੈਸਟੋਰੈਂਟ ਜਿਹਾ ਜ਼ਬਰਦਸਤ ਵਿਊ ਹੈ ਹਾਂ ਸਿਕੰਦਰ ਦੀ ਘਰ ਵਾਲੀ ਦਾ ਨਾਮ ਸੀ ਵੀ ਰਕਸਾਨਾ ਉਹ ਬ੍ਰੈਂਪਟਨ ਵਾਲੀ ਨਹੀਂ ਮਤਲਬ ਉਹ ਪਰਸ਼ੀਅਨ ਸੀ ਤਜਾਕਿਸਤਾਨ ਦੀ ਰਹਿਣ ਵਾਲੀ ਸੀ ਤਾਂ ਜਿਹੜਾ ਸਮਰਕੰਡ ਬੁਖਾਰਾ ਹੈ ਵੀ ਇਹ ਵੀ ਪਰਸ਼ੀਅਨ ਸੀ ਤੁਹਾਨੂੰ ਦੱਸਿਆ ਸੀ ਵੀ ਹੈ ਨਾ ਪਰਸ਼ੀਆ ਦਾ ਰਾਜ ਬਹੁਤ ਵੱਡਾ ਸੀ ਯਾਰ ਤਾਂ ਹੁਣ ਤੋਂ ਫਿਰ ਡਿਵਾਈਡ ਹੋ ਗਿਆ ਨਾ ਠੰਡ ਲੱਗ ਗਈ ਯਾਰ ਇਹਦੇ ਵਿੱਚ ਵੀ ਮੈਨੂੰ ਜੈਕਟ ਪਾਉਣੀ ਪਊਗੀ ਫਿਰ ਇਟਸ ਕੋਲਡ ਯਾ ਆਈ ਫੀਲ ਕੋਲਡ ਹੈ ਇਟਸ ਨਾਟ ਕੋਲਡ ਇਟਸ ਵੈਰੀ ਗੁੱਡ ਯਾ ਯਾ ਲਾਈਕ ਸੀਰੀਅਸਲੀ ਇਟਸ ਵੈਰੀ ਗੁੱਡ ਮੈਂ ਮੰਗਾਇਆ ਵੀ ਸੂਪ ਲਗਭਗ 250 ਦਾ ਤੇ ਬ੍ਰੈਡ ਬਰੁੱਡ ਚਾਹ ਖਾ ਪੀ ਰਿਹਾ ਇਹ ਤਾਂ ਪੀ ਗਿਆ ਗਰਮ ਨਹੀਂ ਹੈਗਾ ਯਾਰ ਇਹਨੇ ਖਾ ਪੀ ਲਿਆ ਠੰਡ ਬਹੁਤ ਲੱਗ ਰਹੀ ਹੈ ਜੈਕਟ ਲਿਆਉਂਦਾ ਮੈਂ ਛੋਹੀ ਨੂਰੇ ਬੈਠਿਆ ਜੇ ਮੌਸਮ ਦੇਖਿਓ ਉਰੇ ਕਿੰਨਾ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਸਾਫ ਅਸਮਾਨ ਹੈ ਇਹਦਾ ਜੰਗਲ ਜਾਈ ਹੈ ਨਹਿਰਾ ਅਤੇ ਉਰੇ ਫੁੱਲ ਜੇ ਬੜੇ ਘੈਂਟ ਨੇ ਆਈ ਡੋਂਟ ਨੋ ਪੂਰਾ ਫਨ ਸਾਨੂੰ ਚੱਲ ਰਿਹਾ ਟੌਪ 'ਤੇ ਰਾਜ ਵਾਲੀ ਫੀਲਿੰਗ ਕਾਤੋਏ ਜਾਈ ਜਾਣਾ ਸਨਮ ਅਗੇ ਹਮ ਤੇਰੇ ਬਾਹੋਂ ਮੇ ਮਰ ਜਾਏਂਗੇ ਹਮ ਜਿਵੇਂ ਕਾਤੋਏ ਜਾਣਾ ਸਨਮ ਪਿਆਰ ਹੋਤਾ ਹੈ ਦੀਵਾਨਾ ਸਨਮ ਹੇ ਹੇ ਹੇ
ਇਹ ਛੋਟਾ ਜਿਹਾ ਖਾਲ ਚੱਲ ਰਿਹਾ ਵੀ ਪਾਣੀ ਦਾ। ਹੁਣ ਅਸੀਂ ਜਾ ਰਹੇ ਹਾਂ ਵਾਟਰਫਾਲ ਦੇਖਣ। ਕਿੰਨਾ ਸੋਹਣਾ ਵਿਊ ਹੈ ਬਈ। ਨਦੀ ਦੇ ਕੋਲੇ ਕੋਲੇ ਹੁਣ ਅਸੀਂ ਹਾਈਕਿੰਗ ਕਰ ਰਹੇ ਹਾਂ ਬਈ। ਦੇਖੋ ਇਹਦੇ ਉੱਲੇ ਸਾਡੇ ਹੋਟਲ ਜਾਂ ਹੋਮ ਸਟੇਅ ਨੇ ਜਿੱਥੇ ਅਸੀਂ ਰੁਕੇ ਹਾਂ। ਉਹ ਪੂਰੀ ਲੇਕ 'ਚੋਂ ਵੀ ਨਦੀ ਨਿਕਲ ਰਹੀ ਹੈ। ਦੇਖੋ ਪਾਣੀ ਬਹੁਤ ਜ਼ਿਆਦਾ ਸਕੂਨ ਹੈ ਯਾਰ ਇਹਦਾ। ਜਿਹੜਾ ਪਾਣੀ ਦੀ ਆਵਾਜ਼ ਹੈ ਨਾ, ਜਿਵੇਂ ਮੈਡੀਟੇਸ਼ਨ ਹੁੰਦੀ ਹੈ ਨਾ, ਐਂ ਮਹਿਸੂਸ ਹੋ ਰਿਹਾ ਪੂਰਾ। ਸਾਰਾ ਰਾਹ ਬਸ ਵੱਟਿਆਂ ਵਾਲਾ ਹੈ ਬਈ। ਗੱਡੀਆਂ ਵੀ ਜਾਂਦੀਆਂ ਨੇ ਵੈਸੇ, ਇਹ ਤਾਂ 4x4 ਹੀ ਜਾਂਦੀਆਂ ਨੇ। ਆ ਗਈ ਪਰਾਡਾ, ਟੋਇਟਾ ਲੈਂਦੀਆਂ ਨਹੀਂ, ਪਰਾਡਾ ਨਹੀਂ ਹੋਰ ਗੱਡੀ ਹੈ। SUV ਇਹ ਬਣਦੀ ਹੈ ਵੀ ਗਾ। ਹਾਈਕਿੰਗ ਦਾ ਵੀ ਆਪਦਾ ਹੀ ਸਵਾਦ ਹੈ ਯਾਰ। ਬਿਲਕੁਲ ਕੁਦਰਤ ਦੀ ਬੁੱਕਲ ਜਾ, ਬਿਲਕੁਲ ਸ਼ਾਂਤੀ ਹੈ, ਸਿਰਫ ਪਾਣੀ ਦੀ ਆਵਾਜ਼ ਹੀ ਕੰਨਾਂ 'ਚ ਪੈ ਰਹੀ ਹੈ। ਸ਼ੋਇਨ, ਹਾਊ ਮੈਨੀ ਟਾਈਮਸ ਯੂ ਕੇਮ ਹੇਅਰ? Oh, a lot of time. I started in, when I was child. Oh. Yes, I first time I came here with my mother. ਇੱਥੇ ਤੱਕ ਹੀ ਹੈ ਵੀ ਇਹ ਸੜਕ ਜੀ, ਗੱਡੀ ਉਰੇ ਤੱਕ ਹੀ ਆਉਂਦੀ ਹੈ। ਅੱਗੇ ਤੁਰ ਕੇ ਜਾਣਾ ਪਊਗਾ, ਝਾੜੀਆਂ ਜੀ ਸਟਾਰਟ ਹੋ ਜਾਂਦੀਆਂ। ਹੁਣ ਆਇਆ ਵੀ ਐਡਵੈਂਚਰ ਵਾਲਾ ਰਾਹ ਦਾ। ਦੇਖੋ ਪੂਰੇ ਪੱਥਰ ਪੱਥਰ ਜਿਹੇ ਨੇ, ਝਾੜੀਆਂ ਦੇ ਫੁੱਲ ਦੇਖੋ ਯਾਰ ਕਿੰਨੇ ਜ਼ਿਆਦਾ ਸੋਹਣੇ ਲੱਗੇ ਹੋਏ ਆ। ਬੂਟਾਂ ਨੇ ਬਹੁਤ ਸੁੱਖ ਦੇ ਰੱਖੇ, ਹੁਣ ਸੋਚਣਾ ਨਹੀਂ ਪੈਂਦਾ ਵੀ ਅੱਗੇ ਕੋਈ ਚਿੱਕੜ ਦਾ ਨਹੀਂ ਹੈਗਾ, ਪਾਣੀ ਦਾ ਨਹੀਂ ਹੈਗਾ, ਇਹ ਵੋ ਮੈਂ ਭਿੱਜ ਜੂੰਗਾ। ਔਰ ਬਹੁਤ ਤਰ੍ਹਾਂ ਦੀਆਂ ਝਾੜੀਆਂ ਨੇ ਰਾਹ 'ਚ ਸਾਰਿਆਂ ਦੇ, ਅਲੱਗ ਅਲੱਗ ਫੁੱਲ, ਕੰਡੇ ਵਾਲੀਆਂ ਵੀ ਨੇ ਕਾਫੀ। ਤਾਂ ਕਿੰਨਾ ਜ਼ਿਆਦਾ ਪਿਆਰਾ ਤੇ ਸੋਹਣਾ ਰਾਹ ਹੈ, ਵੈਰੀ ਬਿਊਟੀਫੁਲ। ਹੁਣ ਸਿਰਫ ਪੱਥਰ ਜੇ ਆ ਗਏ, ਬਾਹਲਾ ਰੋਚਕ ਰਾਹ ਹੈ ਬਈ। ਪਹਾੜ ਜੇ ਤਾਂ ਬਈ ਇਹ ਫਿਲਮਾਂ ਵਾਲੇ ਹੀ ਲੱਗ ਰਿਹਾ ਮੈਨੂੰ। ਫਿਲਮਾਂ 'ਚ ਹੁੰਦੇ ਆ ਨਾ ਜਿਵੇਂ ਪਹਾੜ ਉਵੇਂ ਦੇ ਹੀ ਆ ਹਨਾ, ਮੈਂ ਹੋਰ ਹੀ ਦੁਨੀਆ ਦਿਖਾਉਂਦੇ ਹੁੰਦੇ ਆ, ਮੈਂ ਯਕੀਨ ਜਿਹਾ ਨਹੀਂ ਹੋ ਰਿਹਾ ਵੀ ਰਿਐਲਿਟੀ 'ਚ। 1968 'ਚ ਕੋਈ ਉਰੇ ਆਇਆ ਸੀ, ਇੱਕ ਆਤੀਆ ਤਾਂ ਇਹਨਾਂ ਦਾ ਨਾਮ ਹੈ ਰਸ਼ੀਆ ਤੋਂ ਸੀ ਬਈ। ਹੁਣ ਤਾਂ ਘੁੰਮਣਾ ਬਹੁਤ ਸੌਖਾ ਯਾਰ, ਇੰਟਰਨੈਟ ਹੈ, ਮੈਪਸ ਹੈ, ਨੌਲੇਜ ਹੈ, ਹੈ ਨਾ, ਸਾਰਾ ਕੁਛ ਹੈ। ਪਹਿਲਾਂ ਕਿਵੇਂ ਘੁੰਮਦੇ ਸੀ ਲੋਕ ਯਾਰ, ਉਦੋਂ ਵੱਡੀ ਗੱਲ ਸੀ ਮੈਨੂੰ ਲੱਗਦਾ। ਹੁਣ ਤਾਂ ਕੋਈ ਔਖਾ ਨਹੀਂ। ਆਹ ਸਾਰੇ ਪੱਥਰ ਦੇ ਵੀ ਨਾਮ ਹੀ ਨਾਮ ਮੜੇ ਪਏ ਅਲੱਗ ਅਲੱਗ ਦੇਸ਼ਾਂ 'ਚ ਲੋਕਾਂ ਨੇ, ਕਾਫੀ ਤਾਂ ਮਿਟ ਵੀ ਗਏ। ਵਾਟਰਫਾਲ 'ਤੇ ਪਹੁੰਚ ਗਏ ਵੀ। ਆਹ ਦਰਖਤ ਦੇਖੋ ਯਾਰ, ਇਹ ਬਹੁਤ ਜ਼ਿਆਦਾ ਪੁਰਾਣਾ, ਲਗਭਗ 200 ਸਾਲ ਪੁਰਾਣਾ ਹੈ। ਸ਼ੋਇਨ ਕਹਿੰਦਾ ਜਦੋਂ ਮੈਂ 14 ਕੁ ਸਾਲ ਦਾ ਸੀ, ਬਚਪਨ 'ਚ ਆਇਆ ਕਰਦਾ, ਉਦੋਂ ਇਹ ਜਿਉਂਦਾ ਸੀ, ਮਤਲਬ ਪੂਰਾ ਹਰਾ ਹੁੰਦਾ ਸੀ, ਹੈ ਨਾ। ਤਾਂ ਸ਼ੋਇਨ 32 ਸਾਲ ਦਾ ਵੀ, ਤਾਂ ਹੁਣ ਤਾਂ ਇਹ ਮਰ ਗਿਆ ਵਿਚਾਰਾ, ਨਾਮ ਨੂੰ ਲਿਖ ਗਿਆ। ਇਟ ਵਾਜ਼ ਮਾਈ ਫੇਵਰੇਟ ਟ੍ਰੀ ਇਨ ਮਾਈ ਚਾਈਲਡਹੂਡ, ਐਂਡ ਵੈਨ ਵੀ ਵਿਜ਼ਿਟਡ ਦਿਸ ਲੋਕੇਸ਼ਨ, ਯੂ ਕੈਨ ਆਸਕ ਫੋਰ ਦਿਸ ਟ੍ਰੀ ਟੂ ਮੇਕ ਯੋਰ ਵਿਸ਼ਸ। ਇੱਥੇ ਵੀ ਰੰਗ ਬਿਰੰਗੇ ਨਾਂ ਲਿਖੇ ਹੋਏ, ਦੇਖੋ ਹਰਾ ਦਿਲ ਜਿਹਾ ਵੀ ਬਣਾ ਰੱਖਿਆ, ਕੋਈ ਪ੍ਰੇਮੀ ਜੋੜਾ ਹੋਣਾ। ਆਹ ਦੇਖੋ ਇਹਨਾਂ ਨੇ ਵਿਊ ਪੁਆਇੰਟ ਬਣਾਇਆ। ਓ ਬਾਈ, ਤਜਾਕਿਸਤਾਨ ਦੀ ਸਭ ਤੋਂ ਵੱਡੀ ਵਾਟਰਫਾਲ 'ਤੇ ਆਪਾਂ ਪਹੁੰਚ ਗਏ, ਤੁਹਾਨੂੰ ਦਿਖਾਉਣਾ ਵਿਊ। ਮਤਲਬ ਦੇਖੋ ਜਿਵੇਂ ਡੈਮ ਦੇ ਗੇਟ ਖੋਲਤੇ ਹੋਣੇ ਨਾ, ਡੈਮ 'ਚੋਂ ਪਾਣੀ ਡਿੱਗ ਰਿਹਾ ਹੋਵੇ, ਐਂ ਹੀ ਲੱਗ ਰਿਹਾ। ਜੇ ਇੱਥੋਂ ਡਿੱਗ ਗਿਆ ਯਾਰ, ਮਿੰਟ 'ਚ ਮਰ ਜੂਗਾ ਮੈਂ। ਓ ਬਾਈ, ਇਹ ਵਾਟਰਫਾਲ ਵੀ 50 ਮੀਟਰ ਡੂੰਘੀ ਹੈ, ਲਗਭਗ 150 ਫੁੱਟ। ਦੇਖਣ ਨੂੰ ਇਹ ਛੋਟੀ ਜਿਹੀ ਲੱਗ ਰਹੀ ਹੈ, ਪਰ ਬਹੁਤ ਜ਼ਿਆਦਾ ਹਾਈਟ ਹੈ। ਜੇ ਤੁਸੀਂ ਹੇਠਾਂ ਤੋਂ ਦੇਖੋਗੇ, ਥੋੜ੍ਹਾ ਹਾਈਟ 'ਤੇ ਜਾ ਕੇ ਅਸੀਂ ਫੋਟੋ ਖਿੱਚਦੇ ਹਾਂ ਵੀ, ਹੈ ਤਾਂ ਥੋੜ੍ਹਾ ਖਤਰੇ ਵਾਲਾ ਹੀ ਕੰਮ ਹੈ ਕਿਉਂਕਿ ਡੰਗਾਈ ਬਹੁਤ ਹੈ ਇੱਧਰ, ਪਰ ਓ ਬਾਈ ਐਵੇਂ ਦਾ ਰਾਹ ਹੈ ਕੁਛ। ਇੱਥੋਂ ਵੀ ਵਿਊ ਹੋਰ ਵੀ ਖਤਰਨਾਕ ਹੈ, ਆਪਾਂ ਉੱਥੇ ਖੜ੍ਹੇ ਸੀ। ਇੱਥੋਂ ਚੱਲਦੀ ਹੈ ਵਾਟਰਫਾਲ, ਆਹ ਪਿੱਛੇ ਦਾ ਨਜ਼ਾਰਾ ਸਾਰਾ।
ਸਾਢੇ ਪੰਜ ਵੱਜ ਗਏ ਔਰ ਇੱਕ ਘੰਟਾ ਕੁ ਬਿਤਾਇਆ, ਸਵਾਦ ਹੀ ਆ ਗਿਆ। ਹੁਣ ਆਪਾਂ ਦੂਜੀ ਲੇਕ 'ਤੇ ਚੱਲਦੇ ਹਾਂ, ਹਵਾ ਬਹੁਤ ਜ਼ਿਆਦਾ ਤੇਜ਼ ਚੱਲਣਾ। ਇਹ ਦੂਜੇ ਗਰੁੱਪ ਦੇ ਬੰਦੇ ਆ ਜਿਹੜੇ ਸਾਡੇ ਨਾਲ ਮਿਲ ਗਏ ਇੱਥੇ। ਇਹ ਨਦੀ ਦਾ ਪਾਣੀ ਇੰਨਾ ਕੁ ਠੰਡਾ ਵੀ, ਇਹਦੇ ਵਿੱਚ ਮੱਛੀਆਂ ਸਰਵਾਈਵ ਨਹੀਂ ਕਰ ਸਕਦੀਆਂ, ਤਾਂ ਇਹਦੇ ਵਿੱਚ ਕੋਈ ਮੱਛੀਆਂ ਨਹੀਂ। ਮੈਨੂੰ ਯਾਰ ਹਾਈਟ ਤੋਂ ਕਾਫੀ ਡਰ ਲੱਗਦਾ, ਮੈਂ ਬਹੁਤ ਪੰਗੇ ਖਾਨੇ ਕੀਤੇ ਆ, ਬੰਜੀ ਜੰਪਿੰਗ ਵੀ ਕੀਤੀ ਸੀ ਨੇਪਾਲ 'ਚ 300 ਮੀਟਰ ਤੋਂ, ਵੀ ਇਹ ਮੇਰਾ ਡਰ ਖਤਮ ਹੋ ਜਾਵੇ। ਚਲੋ ਇਹ ਜਾ ਕੇ ਆਇਆ ਉੱਥੇ, ਹਾਊ ਵਾਜ਼ ਐਕਸਪੀਰੀਅੰਸ? Oh, it's very crazy. Crazy? My heart is... Till now, it's very crazy. ਹੁਣ ਦੂਜੀ ਲੇਕ ਵੀ ਇਹ ਪਹਾੜ ਦੇ ਪਿੱਛੇ ਹੈ ਕਿਧਰੇ, ਅਤੇ ਉਹਨੂੰ ਕਿਹਾ ਜਾਂਦਾ ਸਨੇਕ ਲੇਕ, ਪਤਾ ਨਹੀਂ ਵੀ ਉਹ ਸੱਪ ਵਰਗੇ ਨਾ, ਇਹਨੂੰ ਜਾ ਕੇ ਦੇਖਦੇ ਹਾਂ। ਲਾਲ ਲਾਲ ਪਹਾੜ ਜਮਾਂ, ਸੂਰਜ ਛਿਪ ਗਿਆ, ਹਨੇਰਾ ਹੋ ਗਿਆ, ਸਨੇਕ ਲੇਕ ਕੱਲ੍ਹ ਨੂੰ ਦੇਖਣ ਜਾਵਾਂਗੇ ਉੱਥੇ, ਪਤਾ ਨਹੀਂ ਕਿਹੜੇ ਸੱਪ ਸੁੱਪ ਮਿਲਦੇ ਆ ਬਈ। ਮੈਂ ਬਹੁਤ ਜ਼ਿਆਦਾ ਮੈਂ ਐਕਸਾਈਟਡ ਹਾਂ ਵੀ, ਪਤਾ ਨਹੀਂ ਹਾਊ ਮੈਨੀ ਸਨੇਕਸ ਇਨ ਸਨੇਕ ਲੇਕ। ਬਈ ਇਹ ਰਸਤਾ ਬਹੁਤ ਜ਼ਿਆਦਾ ਸੋਹਣਾ, ਬਹੁਤ ਜ਼ਿਆਦਾ ਉਰੇ ਗ੍ਰੀਨਰੀ ਹੈ। ਆਹ ਫੁੱਲ ਦੇਖੋ ਕਿੰਨੇ ਜ਼ਿਆਦਾ ਸੋਹਣੇ ਨੇ, ਆਹ ਫੁੱਲ ਮੈਨੂੰ ਬਹੁਤ ਹੀ ਜ਼ਿਆਦਾ ਪਿਆਰੇ ਲੱਗੇ, ਇਹਨਾਂ ਦੀ ਸੁਗੰਧ ਦੇਖਦਾ ਜਿਵੇਂ ਅਗਰਬੱਤੀ ਦੀ ਹੁੰਦੀ ਹੈ ਨਾ ਸੁਗੰਧ, ਐਵੇਂ ਹੈ ਯਾਰ। ਦਿਲ ਕਰਦਾ ਇਹਨਾਂ ਨੂੰ ਆਲੇ ਦੁਆਲੇ ਵਿਛਾ ਕੇ ਸੌਂ ਜਾ। ਵਾਹ ਯਾਰ, ਇਹਦਾ ਨਾਮ ਨਹੀਂ ਯਾਰ ਪਤਾ, ਜੇ ਕਿਸੇ ਨੂੰ ਪਤਾ ਫੁੱਲ ਦਾ ਨਾਮ ਮੈਨੂੰ ਜ਼ਰੂਰ ਦੱਸਿਓ। ਦਿਨਾਂ ਜੇ ਛਿਪਿਆ ਨਹੀਂ, ਬਸ ਪਹਾੜਾਂ ਨੇ ਸਾਰੀ ਰੋਸ਼ਨੀ ਰੋਕ ਲਈ। ਉਹ ਪਹਾੜ 'ਤੇ ਦੇਖੋ ਸਾਹਮਣੇ ਸੂਰਜ ਦੀ ਰੋਸ਼ਨੀ ਪੈ ਰਹੀ ਹੈ। ਕਰੋਨਾ ਵਾਇਰਸ ਵਰਗ ਹੈ ਰੇ ਤਾਂ ਫੁੱਲ, ਉਵੇਂ ਦਾ ਹੀ ਹੈ ਨਾ ਘੇਰਾ ਜਿਹਾ ਬਣਾਇਆ। ਦੇਖੋ ਸਾਰੀ ਕਰੋਨਾ ਵਾਇਰਸ ਦੀ ਖੇਤੀ ਆ ਉਰੇ, ਕਿਆ ਜ਼ਬਰਦਸਤ ਸੀਨਰੀ ਹੈ ਯਾਰ। ਬਸ ਇੱਕ ਟੈਂਟ ਦੀ ਇਹ ਕਮੀ ਹੈ, ਜੇ ਆਪਦਾ ਟੈਂਟ ਟੁੰਟ ਹੁੰਦਾ ਨਾ ਹੋਰ ਬਹੁਤ ਜ਼ਿਆਦਾ ਸਵਾਦ। ਇਹ ਵੀ ਦੇਖੋ ਜਿਵੇਂ ਬਣੇ, ਜਿਵੇਂ ਦੁਪਹਿਰ ਖੜੀ ਹੁੰਦੀ ਹੈ ਨਾ ਐਵੇਂ ਦੇ ਫੁੱਲ ਨੇ, ਪਰ ਇਹ ਛੋਟੇ ਨੇ, ਵੱਡੇ ਹੁੰਦੇ ਆ। ਕਿੰਨੀ ਜ਼ਿਆਦਾ ਸੋਹਣੀ ਬਨਸਪਤੀ ਯਾਰ। ਇਹ ਦਰੱਖਤਾਂ ਦੀ ਆਕਿਰਤੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ, ਵੀ ਇਹ ਵੀ ਅਲੱਗ ਤਰ੍ਹਾਂ ਦੇ ਨੇ ਬਹੁਤ ਜ਼ਿਆਦਾ। ਛੋਟੀਆਂ ਛੋਟੀਆਂ ਚੀਜ਼ਾਂ 'ਚ ਕਿੰਨਾ ਜ਼ਿਆਦਾ ਸਕੂਨ ਹੁੰਦਾ ਨਾ, ਜਿਵੇਂ ਛੋਟੇ ਛੋਟੇ ਫੁੱਲ ਜਦੋਂ ਮੈਂ ਦੇਖਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ। ਦੇਖੋ ਯਾਰ ਕੁਦਰਤ ਇੰਨਾ ਕੁਛ ਫਰੀ 'ਚ ਜਾਂਦੀ ਹੈ। ਆਹ ਰੈਸਟੋਰੈਂਟ ਟਾਈਪ ਗੱਲਬਾਤ ਹੈ, ਮੈਨੂੰ ਲੱਗਦਾ ਉਰੇ ਸਾਡਾ ਡਿਨਰ ਡੁਨਰ ਹੋਊਗਾ। ਆਈ ਡੋਂਟ ਨੋ, ਐਂ ਮਹਿਸੂਸ ਹੋ ਰਿਹਾ ਉਰੇ ਆ ਕੇ ਵੀ ਜਿਵੇਂ ਇੰਨਾ ਥੱਕ ਥੁੱਕ ਕੇ ਬੰਦਾ ਆਪਦੇ ਘਰ ਆਉਂਦਾ ਨਾ, ਐਵੇਂ ਅੱਜ ਦੇ ਲਈ ਸਾਡਾ ਘਰ ਹੀ ਹੈ ਬਈ। ਅਤੇ ਇੰਨਾ ਸੋਹਣਾ ਘਰ ਕੌਣ ਨਹੀਂ ਜਾਂਦਾ ਵੀ ਜਿਹਦਾ ਇੰਨਾ ਸੋਹਣਾ ਘਰ ਹੋਵੇ ਯਾਰ, ਇੰਨੀ ਜ਼ਿਆਦਾ ਹਰਿਆਲੀ ਹੋਵੇ। ਵਾਹ ਯਾਰ, ਜੱਫੀ 'ਚ ਵੀ ਨਹੀਂ ਆ ਰਿਹਾ ਕਿੰਨਾ ਮੋਟਾ ਦਰਖਤ। ਇਹ ਕੋਮਨ ਏਰੀਆ ਵੀ ਬੈਠਣ ਵਾਸਤੇ, ਜਿਵੇਂ ਆਪਣੇ ਤਖ਼ਤ ਪੋਸ਼ ਹੁੰਦੇ ਸੀ ਨਾ, ਉਹੀ ਕੰਮ ਹੈ ਬਸ, ਗੱਦੇ ਜਿਹੇ ਵਿਛਾਏ ਹੋਏ ਆ, ਪਰ ਉਰੇ ਕੋਈ ਹੈ ਨਹੀਂ। ਲੋ ਵੀ ਆਪਣਾ ਡਿਨਰ ਤਿਆਰ ਹੈ ਬਣ ਕੇ, ਐਵੇਂ ਦੇ ਚੁੱਲ੍ਹੇ ਹੁੰਦੇ ਆ ਉਰੇ। ਆਹ ਨੈਸ਼ਨਲ ਫੂਡ ਹੈ ਇਹਨਾਂ ਦਾ, ਮੀਟ ਆਲੂ ਨਾਲ, ਚਿਕਨ ਦੇ ਲੈਗ ਪੀਸ ਨੇ ਵੀ ਨਾਲ, ਆਲੂ ਨੇ, ਬਸ ਚਿਕਨ ਕਬਾਬ ਕਿਹਾ ਜਾਂਦਾ ਇਸ ਡਿਸ਼ ਨੂੰ। ਕਿੰਨਾ ਜ਼ਿਆਦਾ ਘੈਂਟ ਲੱਗ ਰਿਹਾ ਖਾਣਾ ਨਾਲ ਸਲਾਦ, ਫਿਨਿਸ਼ ਕਰਦੇ ਹਾਂ ਯਾਰ। ਪਹਿਲੀ ਵਾਰ ਸਰਬੀਆ 'ਚ ਖਾਇਆ ਸੀ ਮੈਂ 3 ਸਾਲ ਪਹਿਲਾਂ ਚਿਕਨ ਆਲੂਆਂ ਨਾਲ, ਕਿਉਂਕਿ ਬੰਗਾਲੀ ਭਾਈ ਨੇ ਬਣਾਇਆ ਸੀ। ਅੱਜ 3 ਸਾਲਾਂ ਬਾਅਦ ਖਾ ਰਹੇ ਆਲੂ ਚਿਕਨ। ਖਾਣਾ ਪੀਣਾ ਹੋ ਗਿਆ ਯਾਰ, ਸਵਾਦ ਆ ਗਿਆ। ਜਿਹੜਾ ਉਹ ਸਾਜ ਵਜਾ ਰਿਹਾ ਸੀ ਨਾ, ਅੱਜ ਉਹਦਾ ਬਰਥਡੇ, ਉਹਨੂੰ ਅਸੀਂ ਸਰਪ੍ਰਾਈਜ਼ ਦੇਣਾ, ਤਾਂ ਪੂਰਾ ਪ੍ਰਿਪਰੇਸ਼ਨ ਕਰ ਰਹੇ ਹਾਂ। ਸ਼ੋਇਨ ਨੇ ਤਾਂ ਭਰਤਾ ਬੁਲਬੁਲਾ, ਇਹ ਤੋਂ ਗੱਠ ਨਹੀਂ ਮਾਰੀ ਯਾਰ। ਇਹ ਦੇਖੋ ਸਾਰਾ ਪ੍ਰਬੰਧ ਹੈ, ਇਹ ਤੁਠੂ ਛੂ ਪੰਪ ਜਾ ਬਸ ਚੱਕੋ ਪਿਚਕਾਰੀ ਵਾਂਗੂ। ਬੁਲਬੁਲਾ ਭਰਤਾ ਹੈ ਗੁੱਡੀ ਤੋਂ, ਅੱਜ ਆਪਾਂ ਨੇ ਨਵੀਂ ਚੀਜ਼ ਸਿੱਖੀ ਹੈ, ਬੁਲਬੁਲੇ ਦੀ ਗੱਠ ਮਾਰਨੀ ਹੈ ਨਾ। ਸਪਾਸੀ ਵਾ, ਸ਼ੀ ਇਜ਼ ਗੁੱਡ।
ਇੰਨੇ ਜ਼ਿਆਦਾ ਬੁਲਬਲੇ ਭਰਤੇ ਸੀ ਸਿੱਖਣ ਦੇ ਜੋ ਚ ਇਹਨੂੰ ਐ ਘੁਮਾਣਾ ਯਾਰ ਬਸ ਉਂਗਲਾ ਪਾ ਕੇ ਦੋ ਵਿੱਚ ਸੌਖਾ ਹੀ ਕੰਮ ਹੈ ਮਾਰਦੀ ਨੀਰੂ ਬਾਜਵਾ ਬਾਈਨ ਪੀਂਦੀ ਹੈ ਤਾਂ ਹੀ ਹਜੇ ਤੱਕ ਜਵਾਨ ਪਈ ਹੈ ਬਾਈਨ ਵੀ ਖੂਨ ਲਈ ਵਧੀਆ ਹੁੰਦੀ ਹੈ ਖੂਨ ਵਧੀਆ ਜ਼ਿਆਦਾ ਬਣਦਾ ਸਰੀਰ ਚ ਬਾਕੀ ਰੱਬ ਜਾਣੇ ਭਾਈ ਸਾਹਿਬ ਦੇਖੋ ਦੋ ਬੋੜਕਾ ਚੱਕੀ ਫਿਰਦਾ ਮੈਨੂੰ ਬੁਲਾ ਲਿਆ ਕਹਿੰਦਾ ਪੀ ਲੈ ਆਹ ਲੋਕਲ ਹੈ ਬੋੜਕਾ ਕੈਕਲਿਕ ਪਲਾਟੀਨੀਅਮ ਆਹ ਐਬਸੋਲਿਊਟ ਹੈ ਬਈ ਇਹਦਾ ਫੇਮਸ ਹੈ ਨਾ ਦੁਨੀਆ ਚ ਅੱਧਾ ਘੰਟਾ ਲੱਗ ਗਿਆ ਪੂਰਾ ਕਮਰਾ ਸਜਾਤਾ ਬਈ ਦੇਖੋ ਸਾਰੇ ਬੁਲਬਲੇ ਲਾਤੇ ਉੱਪਰ ਹਨਾ ਕਿੰਨਾ ਘੈਂਟ ਲੱਗ ਰਿਹਾ ਇਹ ਕਮਰਾ ਹੈਪੀ ਬਰਥ ਫਿਰ ਇਸ ਕੇਕ ਨੀ ਕੇਕ ਕੇਕ ਡੋਂਟ ਹੈਵ ਕੇਕ ਬੁਲਬਲੇ ਆਪਣੇ ਤਾਂ ਬੁਲਬਲੇ ਕਹਿੰਦੇ ਇਹਨਾਂ ਨੂੰ ਤੇ ਤਜਾਕ ਚ ਬੁਲਬਲੇ ਮੀਨਸ ਕਰਸੀਵ ਆ ਵੀ ਸੋਹਣੇ ਬਈ ਕਾਫੀ ਸ਼ਬਦ ਨਾ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਭਾਸ਼ਾ ਚੋ ਹੀ ਆਏ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਬੱਸ ਹਨਾ ਬੱਸ ਕਰ ਰੁਕ ਜਾ ਤਾਂ ਇਹ ਵੀ ਕਹਿੰਦੇ ਆ ਬੱਸ ਵੀ ਰੁਕ ਜਾ ਮੈਨੀ ਮੈਨੀ ਵਰਡਸ ਐਂਡ ਇਟਸ ਮੈਂ ਯਾਰ ਇਕੱਲਾ ਹੀ ਘੁੰਮਣ ਵਗ ਗਿਆ ਸੀ ਰਾਤ ਨੂੰ ਹਨਾ ਇਹ ਉਰੇ ਜਿੰਦਾ ਲਾ ਦਿੰਦੇ ਆ ਵੀ ਗੇਟ ਜਾਇਆ ਤੇ ਉਰੇ ਨੈਟਵਰਕ ਦਾ ਹੈ ਨੀ ਜਦੋਂ ਤੱਕ ਮੈਂ ਵਾਪਸ ਆਇਆ ਉਦੋਂ ਤੱਕ ਇਹਨਾਂ ਨੇ ਕੇਕ ਕੂਕ ਕੱਟ ਲਿਆ ਸੀ ਮਤਲਬ ਮੈਂ 12:30 ਆਇਆ ਸੀ ਹੁਣ ਵੱਜ ਗਿਆ 1 ਤਾਂ ਸੋਨੇ ਯਾਰ ਹੁਣ ਕੱਲ੍ਹ ਨੂੰ ਦੇਖਦੇ ਹਾਂ ਸਵੇਰੇ ਦੂਜੀ ਲੇਕ ਘੁੰਮਣ ਜਾਵਾਂਗੇ ਇਹ ਵਲੋਗ ਇੱਥੇ ਤੱਕ ਸੀ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ